ਉਨਸ ਦੇ ਨਾਲ ਪੇਸ਼ ਆਉਂਦਾ ਹੈ ਆਪਣੇ ਬੱਚਿਆਂ ਨੂੰ ਬਿਲਖਸੂਸ ਈਦ ਵਾਲੇ ਦਿਨ ਉਹਨਾਂ ਦੇ ਨਾਲ ਇਜ਼ਹਾਰ ਮੁਹੱਬਤ ਫਰਮਾਉਂਦਾ ਹੈ। ਮੇਰੇ ਮੁਸਤਫਾ ਕਰੀਮ ਇਰਸ਼ਾਦ ਫਰਮਾਉਂਦੇ ਨੇ, ਅੱਲਾ ਕਰੀਮ ਉਸ ਬੰਦੇ ਦੀ ਜ਼ਿੰਦਗੀ ਦੇ ਪਿਛਲੇ ਸਾਰੇ ਗੁਨਾਹਾਂ ਨੂੰ ਮਾਫ਼ ਫਰਮਾ ਦਿੰਦਾ ਹੈ। ਸੁਭਾਨ ਅੱਲਾ, ਤੁਸੀਂ ਆਖ ਸਕਦੇ ਨੇ ਅੱਜ ਈਦ ਦਾ ਦਿਨ ਹੈ। ਅੱਲਾ ਤਾਲਾ ਉਸ ਬੰਦੇ ਦੇ ਸਾਰੇ ਗੁਨਾਹਾਂ ਨੂੰ ਮਾਫ਼ ਫਰਮਾ ਦਿੰਦਾ ਹੈ। ਨਬੀ ਪਾਕ ਅਲੈਹਿ ਸਲਾਤੁ ਸਲਾਮ ਨੇ ਜਿਸ ਵਕਤ ਮਦੀਨਤੁਲ ਮੁਨੱਵਰਾ ਦੇ ਅੰਦਰ ਹਜ਼ੂਰ ਤਸ਼ਰੀਫ ਲੈ ਗਏ ਔਰ ਪਹਿਲੀ ਸਾਲ ਹੀ ਹਜ਼ੂਰ ਸਲਾਤੁ ਸਲਾਮ ਨੇ ਈਦ ਉਲ ਫਿਤਰ ਪੜ੍ਹਨ ਦਾ ਇੰਤਜ਼ਾਮ ਔਰ ਇਹਤਮਾਮ ਫਰਮਾਇਆ। ਆਕਾ ਕਰੀਮ ਅਲੈਹਿ ਸਲਾਤੁ ਸਲਾਮ ਨੇ ਮਦੀਨੇ ਤੇ ਲੋਕਾਂ ਤੋਂ ਪੁੱਛਿਆ ਕਿ ਲੋਗੋ ਇਸ ਦਿਨ ਤੁਹਾਡਾ ਕੀ ਰਿਵਾਜ ਹੈ? ਉਹਨਾਂ ਆਖਿਆ ਸਾਡਾ ਇਸ ਦਿਨ ਰਿਵਾਜ ਹੈ ਕਿ ਅਸੀਂ ਘੋੜੇ ਦੌੜਾਉਂਦੇ ਹਾਂ, ਨਾਚਵਾ ਕਰਦੇ ਹਾਂ, ਮੁਖਤਲਿਫ ਖਰਾਫਾਤ ਦੀਆਂ ਮਹਿਫਲਾਂ ਕਰਦੇ ਹਾਂ। ਮੇਰੇ ਮੁਸਤਫਾ ਨੇ ਫਰਮਾਇਆ, ਅੱਲਾਹ ਨੇ ਮੈਨੂੰ ਅਤੇ ਮੇਰੀ ਉਮਤ ਨੂੰ ਫਹਾਸ਼ੀ ਚੀਜ਼ਾਂ ਤੋਂ ਦੂਰ ਫਰਮਾਇਆ ਹੈ। ਰੱਬ ਕਰੀਮ ਨੇ ਮਹਿਮਾਨ ਮਹੀਨਾ ਅਤਾ ਫਰਮਾਇਆ ਸੀ, ਉਹਦੇ ਮੁਕੰਮਲ ਹੋਣ ਦੇ ਮੈਂ ਰੱਬ ਦੀ ਬਾਰਗਾਹ ਦੇ ਅੰਦਰ ਸਜਦਾ ਰੇਜ਼ ਹੋ ਜਾਣਾ ਫਰਮਾਇਆ, ਤਾਂ ਕਿ ਅਗਰ ਕੋਈ ਗੁਨਾਹਗਾਰ ਵੀ ਹੈ, ਸਿਆਹਕਾਰ ਵੀ ਹੈ, ਬਦਕਾਰ ਵੀ ਹੈ, ਈਦ ਉਲ ਫਿਤਰ ਦੇ ਰੋਜ਼ੇ ਮੁਕੰਮਲ ਹੋਣ ਤੋਂ ਬਾਅਦ ਜਦੋਂ ਸ਼ੁਕਰਾਨੇ ਦੇ ਦੋ ਰਕਾਤ ਨਮਾਜ਼ ਈਦ ਉਲ ਫਿਤਰ ਪੜ੍ਹਦਾ ਹੈ, ਅੱਲਾ ਕਰੀਮ ਉਹਦੀ ਪਿਛਲੀ ਸਾਰੀ ਜ਼ਿੰਦਗੀ ਦੇ ਗੁਨਾਹਾਂ ਨੂੰ ਮਾਫ਼ ਫਰਮਾ ਛੋੜਦਾ ਹੈ। ਫਰਮਾਇਆ, ਇਸ ਵਾਸਤੇ ਕਿਸੇ ਨੇ ਬੜੀ ਖੂਬਸੂਰਤ ਗੱਲ ਕੀਤੀ, ਫਰਮਾਇਆ ਕਿ ਮਾਨਾ ਕਿ ਗੁਨਾਹਗਾਰ ਹੂੰ, ਨਿਹਾਇਤ ਬੁਰਾ ਹੂੰ ਮੈਂ, ਮਾਨਾ ਕਿ ਗੁਨਾਹਗਾਰ ਹੂੰ, ਨਿਹਾਇਤ ਬੁਰਾ ਹੂੰ ਮੈਂ, ਲੇਕਿਨ ਤੇਰੇ ਹਬੀਬ ਕੇ ਦਰ ਕਾ ਗਦਾ ਹੂੰ ਮੈਂ, ਲੇਕਿਨ ਤੇਰੇ ਹਬੀਬ ਕੇ ਦਰ ਕਾ ਗਦਾ ਹੂੰ ਮੈਂ, ਮਾਨਾ ਕੇ ਗੁਨਾਹਗਾਰ ਹੂੰ। ਮੇਰੇ ਖਿਆਲ ਹੈ ਤਾਂ ਮੈਂ ਈਦ ਦੀ ਨਮਾਜ਼ ਖੜੀ ਕਰ ਦੇਵਾਂ, ਦਿਲ ਤਾਂ ਇਵੇਂ ਕਰਦਾ ਪਈ ਹੈ ਵੀ ਤਵੱਜੋ ਤਾਂ ਮੇਰੇ ਵਾਲੇ ਪਾਸੇ ਰੱਖੋ। ਅਗਰ ਘਰ ਦੇ ਵਿੱਚ ਇੱਕ ਬੰਦਾ ਅੱਗਾ ਪਿੱਛਾ ਹੋਵੇ ਨਾ ਤਾਂ ਉਹਨੂੰ ਬੰਦਾ ਸੰਭਾਲ ਲੈਂਦੇ, ਜਦੋਂ ਸਾਰੇ ਬੰਦੇ ਇੱਕ ਪਾਸੇ ਹੋ ਜਾਵੇ ਤਵੱਜੋ ਮੇਰੇ ਵਾਲੇ ਪਾਸੋਂ ਗਾੜੀ ਹੁੰਦੀ ਰਹੇ ਸੀਗੀ। ਮਾਨਾ ਕੇ ਗੁਨਾਹਗਾਰ ਹੂੰ, ਨਿਹਾਇਤ ਬੁਰਾ ਹੂੰ ਮੈਂ, ਮਾਨਾ ਕੇ ਗੁਨਾਹਗਾਰ ਹੂੰ, ਨਿਹਾਇਤ ਬੁਰਾ ਹੂੰ ਮੈਂ, ਲੇਕਿਨ ਤੇਰੇ ਹਬੀਬ ਕੇ ਦਰ ਕਾ ਗਦਾ ਹੂੰ ਮੈਂ, ਲੇਕਿਨ ਤੇਰੇ ਹਬੀਬ ਕੇ ਦਰ ਕਾ ਗਦਾ ਹੂੰ ਮੈਂ। ਮੇਰੇ ਮੁਸਤਫਾ ਕਰੀਮ ਅਲੈਹਿ ਸਲਾਤੁ ਸਲਾਮ ਪਹਿਲੇ ਸਾਲ ਈਦ ਉਲ ਫਿਤਰ ਦੀ ਨਮਾਜ਼ ਅਦਾ ਫਰਮਾਉਣ ਵਾਸਤੇ ਤਸ਼ਰੀਫ ਲੈ ਕੇ ਜਾਂਦੇ ਪਏ ਨੇ ਜੀ। ਚਲਦਾ ਪਿਆ ਜੀ, ਤਮਾਮ ਅਹਬਾਬ ਅੱਗੇ ਗੁਜ਼ਾਰਿਸ਼ ਹੈ ਕਿ ਬਾਰ ਬਾਰ ਐਲਾਨ ਕੀਤਾ ਜਾਂਦਾ ਮਾਸਕ ਬੜਾ ਜ਼ਰੂਰੀ, ਮਾਸਕ ਪਾਓ ਅਤੇ ਫਾਸਲਾ ਵੀ ਰੱਖੋ ਅਤੇ ਹੱਥ ਨਹੀਂ ਮਿਲਾਉਣੇ, ਠੀਕ ਹੈ ਨਾ, ਜ਼ਬਾਨੀ ਇਸਲਾਮ ਦਿਓ, ਇਹਤਿਆਤ ਬੜੀ ਅੱਛੀ ਅੱਛੀ, ਇਹ ਤਸੱਲੀ ਨਾਲ ਕਰੋ, ਵਾਰ ਵਾਰ ਐਲਾਨ ਤਮਾਮ ਅਹਬਾਬ ਅੱਗੇ ਗੁਜ਼ਾਰਿਸ਼ ਹੈ ਕਿ ਤਸ਼ਰੀਫ ਲਾਇਓ ਮਸਜਿਦ ਦੇ ਅੰਦਰ, ਟਾਈਮ ਬਾਕੀ ਮੁਖਤਸਰ ਰਹਿ ਗਿਆ ਹੈ, ਮੁਖਤਸਰ ਟਾਈਮ ਰਹਿ ਗਿਆ, ਜਿਹੜਾ ਟਾਈਮ ਨਮਾਜ਼ੀਆਂ ਨੇ ਸੁਬਹ ਇਨਸ਼ਾਅੱਲਾ ਮੁਕਰਰ ਕੀਤਾ ਸੀ ਉਸ ਟਾਈਮ ਦੇ ਉੱਤੇ ਇਨਸ਼ਾਅੱਲਾ ਤਾਲਾ ਜਮਾਤ ਖੜ੍ਹੀ ਹੋ ਜਾਣੀ ਹੈ। ਤਮਾਮ ਅਹਬਾਬ ਅੱਗੇ ਗੁਜ਼ਾਰਿਸ਼ ਹੈ ਕਿ ਮਾਸਕ ਦਾ ਬਿਲਖਸੂਸ ਇਹਤਮਾਮ ਫਰਮਾਓ,
ماسک لگا کے جامعہ مسجد اندر تشریف لایا ہو. ماسک ضروری ہے اور بالخصوص ہاتھ ملاون تو بھی پرہیز کرو. دور تو عید مبارک ہو جاندی ہے, انسانی جان ضروری ہے. اللہ تعالیٰ سب دی حاضری نو قبول منظور فرما کے درائن یا سعادت نصیب فرمائے. نبی پاک علیہ الصلوۃ والسلام پہلے سال جدو عید الفطر پڑھان واسطے تشریف لائے گئے, وید کی نے بند کرو, جدو کوئی بندہ سونے نہ آتا پھر تقریر نہیں کرنی چاہیے, بند کرو لائف نو. ہاں جی ہاں جی چلو ماشاء اللہ.